ਬਲਦੇਵ ਸਿੰਘ ਸਿਰਸਾ ਜੀ ਮੇਰੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਹਾਂ ਇਸ ਟਾਈਮ ਦੇ ਮੌਜੂਦਾ ਹਾਲਾਤਾਂ ਦੇ ਬਾਰੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬੇਟਾ 26 ਜਨਵਰੀ ਤੋਂ ਬਾਅਦ ਮਾਹੌਲ ਕੁਝ ਬਦਲਿਆ ਲੱਗ ਰਿਹਾ ਇਹ ਕਹਿਣਾ ਆ ਗੋਦੀ ਮੀਡੀਆ ਦਾ ਬਾਹਰ ਦਿਖਾਈਆਂ ਜਾ ਰਹੀਆਂ ਤਸਵੀਰਾਂ ਦਾ ਇੰਟਰਨੈਟ ਬੰਦ ਕਰ ਦਿੱਤਾ ਗਿਆ ਪਾਣੀ ਬੰਦ ਕਰ ਦਿੱਤਾ ਗਿਆ ਬੈਰੀਕੇਟਿੰਗ ਕਰ ਦਿੱਤੀ ਗਈ ਹੈ ਤਾਰਾਂ ਲਗਾ ਦਿੱਤੀਆਂ ਗਈਆਂ ਨੇ ਕਟੀਲੀਆਂ ਜਹਾਂ ਕਰਕੇ ਸਥਾਨਕ ਲੋਕਾਂ ਨੂੰ ਵੀ ਬਹੁਤ ਸਾਰੀਆਂ ਦਿੱਕਤਾਂ ਆ ਰਹੀਆਂ ਸਿਰਫ ਜਿਹੜੇ ਸਥਾਨਕ ਲੋਕ ਨੇ ਇਹ ਜ਼ਿਆਦਾ ਉਹਨਾਂ ਵਾਸਤੇ ਆ ਅਸੀਂ ਤਾਂ ਆਰਾਮ ਨਾਲ ਬੈਠੇ ਸਭ ਕੋਈ ਕਿਸੇ ਕਿਸਮ ਦਾ ਸਾਡਾ ਤਾਂ ਜਦੋਂ ਦੇ ਬੈਠੇ ਹਾਂ ਕਿਤੇ ਇੱਕ ਦਿਨ ਵੀ ਸਾਡੇ 'ਚੋਂ ਕੋਈ ਇੱਕ ਬੱਚਾ ਵੀ ਉੱਧਰ ਗਿਆ ਸਾਡੇ ਅੱਗੇ ਨੈਕ ਸਿੰਘ ਵੀ ਬੈਠੇ ਨੇ ਹਾਲਾਂਕਿ ਉਹਨਾਂ ਦੇ ਦੋ ਘੋੜੇ ਵੀ ਜਿਹੜੇ ਨੇ ਉਹ 26 ਜਨਵਰੀ ਨੂੰ ਜਿਹੜੇ ਨੇ ਉਹ ਉੱਥੇ ਮੈਂ ਤਾਂ ਚਾਹੇ ਬੰਦਾ ਹੋਵੇ ਚਾਹੇ ਜਾਨਵਰ ਹੋਵੇ ਕੁਛ ਵੀ ਹੋਵੇ ਜਿਹੜਾ ਇਸ ਸੰਘਰਸ਼ ਦੇ ਵਿੱਚ ਸ਼ਹੀਦ ਹੁੰਦਾ ਜਾਂ ਸੱਟਾਂ ਪੇਟਾਂ ਲੱਗਦੀਆਂ ਨੇ ਹਿੱਸਾ ਲੈਂਦਾ ਉਹ ਘੋੜੇ ਵੀ ਉੱਥੇ ਨਿਹੰਗਾ ਸਿੰਘਾਂ ਦੇ ਜਿਹੜੇ ਦੋ ਨੇ ਉਹਨਾਂ ਨੇ ਵੀ ਆਪਣੀ ਬਲੀ ਦਿੱਤੀ ਇਸ ਮੋਰਚੇ ਨੂੰ ਸੋ ਇਹ ਤਸ਼ੱਦਦ ਅਤੇ ਜ਼ੁਲਮ ਇਹ ਲੋਕਾਂ ਨੂੰ ਡਰਾਉਣ ਵਾਸਤੇ ਇਹ ਸੰਘਰਸ਼ ਨੂੰ ਫੇਲ ਕਰਨ ਵਾਸਤੇ ਸਰਕਾਰ ਕਰ ਰਹੀ ਆ ਪਰ ਕੋਈ ਫਰਕ ਨਹੀਂ ਪਵੇਗਾ ਪਹਿਲਾਂ ਨੌਜਵਾਨਾਂ ਤੇ ਫਿਰ ਕਿਸਾਨਾਂ ਤੇ ਪੱਤਰਕਾਰਾਂ ਦੇ ਉੱਤੇ ਵੀ ਹੁਣ ਨਿਸ਼ਾਨਾ ਸਾਧਿਆ ਜਾ ਰਿਹਾ ਇਸ ਦੇ ਬਾਰੇ ਕੀ ਕਹਿਣਾ ਹਾਂਜੀ ਪਹਿਲਾਂ ਨੌਜਵਾਨਾਂ ਤੇ ਫਿਰ ਕਿਸਾਨਾਂ ਤੇ ਹੁਣ ਪੱਤਰਕਾਰਾਂ ਦੇ ਉੱਤੇ ਨਿਸ਼ਾਨਾ ਸਾਧਿਆ ਜਾ ਰਿਹਾ ਹੈ ਸਰਕਾਰ ਵੱਲੋਂ ਜੇਲ੍ਹਾਂ ਦੇ ਵਿੱਚ ਜਿਹੜੇ ਲੋਕ ਨੇ ਹਜੇ ਤੱਕ ਨੇ ਉਹਨਾਂ ਦਾ ਕੁਝ ਪਤਾ ਨਹੀਂ ਲੱਗ ਰਿਹਾ ਜਿਹੜੇ ਲੋਕ ਲਾਪਤਾ ਹੋ ਗਏ ਨੇ ਉਹਨਾਂ ਨੂੰ ਕਿਵੇਂ ਦੇਖਦੇ ਹੋ ਸਰਕਾਰ ਬਹੁਤ ਤਸ਼ੱਦਦ ਜ਼ੁਲਮ ਬਹੁਤ ਕੁਛ ਕਰ ਰਹੀ ਆ ਪਰ ਜੋ ਮਰਜ਼ੀ ਕਰੀ ਜਾਵੇ ਕੋਈ ਫਰਕ ਪੈਣ ਵਾਲਾ ਨਹੀਂ ਹੈਗਾ ਉਹ ਪੱਤਰਕਾਰਾਂ ਨੂੰ ਵੀ ਫੜ ਕੇ ਜੇਲ੍ਹਾਂ 'ਚ ਬੰਦ ਉਹਨਾਂ ਤਸ਼ੱਦਦ ਉਹਨਾਂ ਦੀਆਂ ਗੱਡੀਆਂ ਚੋਰੀ ਉਹਨਾਂ ਦਾ ਉਹਨਾਂ ਦੇ ਕੈਮਰੇ ਚੋਰੀ ਉਹਨਾਂ ਨੂੰ ਧਮਕੀਆਂ ਹਰ ਕੁਝ ਆ ਰਿਹਾ ਪਰ ਇੱਥੇ ਵੇਖੋ ਤੁਸੀਂ ਉਹ ਰਹਿਣਾ ਵਰਗੀਆਂ ਜਾਂ ਗਰੇਟਾ ਵਰਗੀਆਂ ਲੜਕੀਆਂ ਉਹਨਾਂ ਦੇ ਉੱਤੇ ਕਿਸ ਤਰ੍ਹਾਂ ਦੇ ਟਵੀਟ ਕੀਤੇ ਜਾ ਰਹੇ ਨੇ ਉਹਨਾਂ ਦੇ ਪਰਚੇ ਦੀ ਪੁਲਿਸ ਨੇ ਗਰੇਟਾ ਦੇ ਉੱਤੇ ਵੀ FIR ਕਰ ਦਿੱਤੀ ਹੋਈ ਹੈ ਜਦ ਕਿ ਜਿੱਦਾਂ ਸਾਨੂੰ ਦਿਖ ਰਿਹਾ ਹੈ ਕਿ ਉਹ ਬਣਦਾ ਹੈ ਨਹੀਂ ਪਰ ਫਿਰ ਵੀ ਉਸਦੇ ਬੋਲਣ ਦੇ ਉੱਤੇ FIR ਕਰ ਦਿੱਤੀ ਪਰ ਸਾਡੇ ਪੰਜਾਬ ਦੇ ਜਾਂ ਬਾਲੀਵੁੱਡ ਦੇ ਲੋਕ ਹਜੇ ਤੱਕ ਨਹੀਂ ਬੋਲ ਰਹੇ ਸੀ ਪਰ ਰਿਹਾਨਾ ਦੇ ਟਵੀਟ ਤੋਂ ਬਾਅਦ ਉਹ ਵੀ ਉੱਠ ਖੜੇ ਹੋਏ ਪੱਤਰਕਾਰਾਂ ਦੇ ਪਰਚੇ ਹੋਏ ਪੱਤਰਕਾਰ ਰੁਕ ਗਏ ਨੇ ਉਹ ਡਰ ਗਏ ਨੇ ਬੇਟਾ ਜੀ ਤੁਸੀਂ ਵੀ ਇੱਕ ਲੜਕੀ ਜੇ ਤੇ ਤੁਸੀਂ ਵੀ ਇੱਥੇ ਸਾਰਾ ਕੰਮ ਕਰ ਰਹੇ ਜੇ ਤੇ ਤੁਸੀਂ ਵੀ ਤਾਂ ਰਾਤ ਦਿਨ ਕੰਮ ਕਰ ਰਹੇ ਜੇ ਜਦੋਂ ਪੱਤਰਕਾਰਾਂ ਦੇ ਪਰਚੇ ਹੋਏ ਦੂਜਿਆਂ 'ਤੇ ਹੋਏ ਜਾਂ ਗਰੇਟਾਂ ਵਰਗੀਆਂ 'ਤੇ ਹੋਏ ਤਾਂ ਕੀ ਉਹ ਪਿੱਛੇ ਤੁਸੀਂ ਪਿੱਛੇ ਹਟ ਗਿਆ ਜੀ ਉਹਨਾਂ ਨੂੰ ਵੇਖ ਕੇ ਸੋ ਸਰਕਾਰ ਜਿਸ ਤਰ੍ਹਾਂ ਦਾ ਮਰਜ਼ੀ ਕਰ ਲੈ ਕੋਈ ਫਰਕ ਨਹੀਂ ਪਵੇਗਾ ਕੱਲ੍ਹ 6 ਫਰਵਰੀ ਨੂੰ ਚੱਕਾ ਜਾਮ ਦੀ ਕਾਲ ਦਿੱਤੀ ਗਈ ਹੈ ਉਹਦੇ ਬਾਰੇ ਕੁਝ ਕਹਿਣਾ ਉਹ ਤਾਂ ਜੀ 12 ਤੋਂ 3 ਤੱਕ ਚੱਕਾ ਜਾਮ ਭਾਰਤ ਵਿੱਚ ਕਾਲ ਦਿੱਤੀ ਹੋਈ ਆ ਉਹ ਬਹੁਤ ਬਹੁਤ ਸ਼ੁਕਰੀਆ ਸੋ ਏਸੀਜੀ ਬਲਦੇਵ ਸਿੰਘ ਸਿਰਸਾ ਜੀ ਹੁਣ ਅੱਜ ਜਿਹੜੀ ਹੈ ਉਹ ਮੀਟਿੰਗ ਰੱਖੀ ਗਈ ਹੈ ਉਸ ਤੋਂ ਬਾਅਦ ਕੱਲ੍ਹ ਨੂੰ ਚੱਕਾ ਜਾਮ ਦੀ ਕਾਲ ਦਿੱਤੀ ਗਈ ਹੈ ਅਤੇ ਦੇਖਣਾ ਇਹ ਹੈ ਕਿ ਸਰਕਾਰ ਦੇ ਉੱਤੇ ਹੋਰ ਕਿੰਨਾ ਪ੍ਰਭਾਵ ਪਵੇਗਾ ਸਰਕਾਰ ਕਦੋਂ ਕਿਸਾਨਾਂ ਨੂੰ ਕਾਲ ਕਰੇਗੀ ਕਿ ਜਿਹੜੀ ਗੱਲਬਾਤ ਦਾ ਤਰੀਕਾ ਲੱਭਿਆ ਜਾਵੇਗਾ ਜਾਂ ਗੱਲਬਾਤ ਦੀ ਅਗਲੀ ਮੀਟਿੰਗ ਹੈ ਉਹ ਕਦੋਂ ਤੱਕ ਰੱਖੀ ਜਾਵੇਗੀ ਇਹ ਹਜੇ ਦੇਖਣਾ ਬਾਕੀ ਹੈ ਤੁਸੀਂ ਦੇਖ ਰਹੇ ਹੋ ਪੰਜਾਬੀ ਨੈਸ਼ਨਲ ਟੀਵੀ Thank you.